ਦਿੱਤਾ ਜੀਓ ਪਿੰਡ ਸਭ ਤੇਰਾ ਤੂੰ ਅੰਦਰ ਜਾਮੀ ਪੁਰਖ ਭਗਵਾਨ ਦਸਨ ਦਾਸ ਕਹਿ ਜਨ ਨਾਨਕ ਜਿਹਾ ਤੂੰ ਕਰਾਏ ਤਿਹਾ ਹੋ ਕਰੀ ਬੁਖਿਆਨ ਰਾਤ ਗਵਾਈ ਸੋਏ ਗਏ ਦਿਵਸ ਗਵਾਇਆ ਖਾਏ ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ ਕਬੀਰ ਮਾਨਸ ਜਨਮ ਦੁਲੰਭ ਹੈ ਹੋਏ ਨ ਬਾਰ ਬਾਰ ਜਿਉਂ ਬਨ ਬਲ ਪਾਕੇ ਹੋਏ ਗ੍ਰਹਿ ਬਹੁਰਨ ਲਾਗੈ ਡਾਰ ਇੱਛਾ ਪੂਰਕ ਸਰਬ ਸੁਖ ਦਾਤਾ ਹਰ ਜਾ ਕੈ ਵਸੈ ਕਾਮ ਤਿੰਨਾ ਵੈਸਾ ਧਿਆਈ ਹੈ ਮੇਰੇ ਜੀਅੜੇ ਤਾਂ ਸਰਬ ਸੁਖ ਪਾਵੈ ਮੇਰੇ ਮਨ ਜਪ ਮਨ ਸਤਨਾਮ ਸਦਾ ਸਤਨਾਮ ਹਲਕ ਪਲਕ ਮੁਖ ਉਜਲ ਹੋਈ ਹੈ ਨਿਤ ਧਿਆਈ ਹੈ ਹਰ ਪੁਰਖ ਨਿਰੰਜਣਾ ਜਪ ਮਨ ਮੇਰੇ ਸਦਾ ਸਤਨਾਮ 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 ਜਪ ਮਨ ਸਦਾ ਸਤਨਾਮ ਸਦਾ ਸਤਨਾਮ ਸਦਾ ਸਤਨਾਮ ਸਦਾ ਸਤਨਾਮ ਸਦਾ ਸਤਨਾਮ ਸਦਾ
ਸਤਨਾਮ ਸਦਾ ਸਤਨਾਮ ਸਦਾ ਸਤਨਾਮ ਸਦਾ ਸਤਨਾਮ ਸਦਾ ਸਤਨਾਮ ਸਦਾ ਸਤਨਾਮ ਸਦਾ ਸਤਨਾਮ ਸਦਾ ਸਤਨਾਮ ਸਦਾ ਸਤਨਾਮ ਸਦਾ ਸਤਨਾਮ ਸਦਾ ਸਤਨਾਮ ਸਦਾ ਸਤਨਾਮ ਜਪ ਮਨ ਮੇਰੇ ਸਦਾ ਸਤਨਾਮ ਜਪ ਮਨ ਮੇਰੇ ਸਦਾ ਸਤਨਾਮ ਸਤਨਾਮ ਵਾਹਿਗੁਰੂ
ਹਾਲਤ ਪਾਲਤ ਮੁਖੀ ਉਜਲ ਹੋਈ ਹੈ ਨਿਤ ਧਿਆਇਐ ਹਰ ਪੁਰਖ ਨਿਰੰਜਨਾ ਸਾਜੀ ਨਿਵਾਜੀ ਹੋਈ ਗੁਰੂ ਰੂਪ ਗੁਰੂ ਖਾਲਸਾ ਸਤ ਸੰਗ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ। ਕੋਟ ਬ੍ਰਹਿਮੰਡ ਕੋ ਠਾਕੁਰ ਸਵਾਮੀ ਸਰਬ ਦੀਆਂ ਕਾ ਦਾਤਾ ਰੇ ਕਰੋੜਾਂ ਬ੍ਰਹਿਮੰਡਾਂ ਦੇ ਮਾਲਕ ਹੁਕਮਾਂ ਸਰੂਪ ਕਿਰਪਾਲੂ ਦਿਆਲੂ ਅੰਤਰਜਾਮੀ ਕਰਨਾ ਦਾਨ ਦਿਆ ਦੇ ਸਾਗਰ ਰੂਹਾਨੀ ਮੰਜਸਮੇ ਸਮੇਤੀ ਮਾਨਤਾ ਦੇ ਰਹਿਵਰ ਰਾਜਨ ਰਾਜ ਭਾਨਣ ਭਾਣ ਦੇਵਨ ਦੇਵ ਮਹਾਨ ਕਿਰਪਾਲੂ ਦਿਆਲੂ ਸ਼ਾਹੇ ਸ਼ਹਿਨਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਰ ਰਹਿਮਤ ਕਿਰਪਾ ਦਾ ਸਦਕਾ ਮਹਾਨ ਸ਼ਹੀਦਾਂ ਦੀ ਕਿਰਪਾ ਦਾ ਸਦਕਾ ਮਤਵੇਦ ਪੁੰਨਤਾ ਪ੍ਰਤੀ ਨਿਤਨੇਮ ਅਨੁਸਾਰ ਇੰਨੀ ਰਣਨੀਏ ਚਾ ਮੱਖਣ ਤਾਰੇ ਜਗ ਹੈ ਸੰਤ ਜਨਾਂ ਮੇਰੇ ਰਾਮ ਪਿਆਰੇ ਮਹਾਂਭਗਤਾਂ ਅਨੁਸਾਰ ਅੰਮ੍ਰਿਤ ਵੇਲੇ ਜਾਗ ਜਲ ਕੇ ਗੁਰੂ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਹੋ ਸੇਵਾ ਸਿਮਰਨ ਬਾਣੀ ਜਲਾਹੀ ਪ੍ਰਾਪਤ ਕਰਕੇ ਆਪਣੇ ਜੀਵਨ ਨੂੰ ਸਮੇਂ ਨੂੰ ਅਤੇ ਅਮੋਲਕ ਸਵਾਸਾਂ ਨੂੰ ਸਫਲ ਬਣਾ ਰਹੇ ਹੋ ਵਡਭਾਗੀ ਹੋ ਵਡਭਾਗੀ ਹਰ ਸੰਗਤ ਪਾਵੈ ਆਵੀਨ ਭ੍ਰਮ ਚੋਟਾਂ ਖਾਵੈ ਬਿਨ ਭਾਗਾਂ ਸਤ ਸੰਗ ਨ ਲੱਭੈ ਬਿਨ ਸੰਗਤ ਮੈਲ ਭਰੀਜੈ ਜੀਓ ਵੱਡਿਆਂ ਭਾਗਾਂ ਕਰਕੇ ਆਪਾਂ ਨੂੰ ਸਾਰਿਆਂ ਨੂੰ ਹੀ ਹਰ ਰੋਜ਼ ਗੁਰੂ ਸਾਹਿਬ ਬਖਸ਼ਿਸ਼ਾਂ ਕਰਦੇ ਹਨ ਆਪਣੀ ਗੋਦ ਵਿੱਚ ਬਹਾ ਕਰਕੇ ਮਹਾਰਾਜ ਸਾਡੇ ਤੇ ਕਿਰਪਾ ਕਰਦੇ ਨੇ ਬਾਲ ਬਖਸ਼ਦੇ ਹਨ। ਵਾਹਿਗੁਰੂ ਗੁਰਮੰਤਰ ਹੈ
ਜਪ ਹਉਮੈ ਕੋਈ। ਨਮਸਕਾਰ ਗੁਰਦੇਵ ਕੋ ਸਤਨਾਮ ਜਨ ਮੰਤਰ ਸੁਣਾਇਆ। ਅਬਜਲ ਵਿੱਚੋਂ ਕੱਢ ਕੇ ਮੁਕਤ ਪਦਾਰਥ ਹੋਏ ਸਮਾਇਆ। ਵਾਹਿਗੁਰੂ ਦਾ ਮੰਤਰ, ਸਤਨਾਮ ਦਾ ਮੰਤਰ, ਮਹਾਰਾਜ ਕਿਰਪਾ ਕਰਦੇ ਨੇ ਆਪਾਂ ਸਾਰੇ ਰਲ ਰਲ ਕੇ ਪਾਈ ਉਸ ਅਕਾਲ ਪੁਰਖ ਵਾਹਿਗੁਰੂ ਯਾਦ ਵਿੱਚ ਬਹਿੰਦੇ ਹਾਂ। ਪਾਤਸ਼ਾਹ ਕਹਿੰਦੇ ਸਹੀ ਸੁੰਦਰ ਸੋਹਣੇ ਸਾਧ ਸੰਗ ਜਿਨ ਬਹਿਣੇ, ਬੜੇ ਸੋਹਣੇ ਲੱਗਦੇ ਨੇ ਪਾਤਸ਼ਾਹ ਕਹਿੰਦੇ ਜਿਹੜੇ ਮੇਰੇ ਸਾਨੂੰ ਖਾ ਕੇ ਸੰਗਤ ਵਿੱਚ ਬਹਿੰਦੇ ਨੇ, ਕਿਉਂਕਿ ਵਿੱਚ ਸੰਗਤ ਹਰ ਪ੍ਰਭ ਵਸੈ ਜੀ। ਆਓ ਸ਼ਬਦ ਦੇ ਵਿਚਾਰ ਨਾਲ ਜੁੜੀਏ, ਫਿਰ ਆਪਾਂ ਧਿਆਨ ਦੇ ਵਿਚਾਰ ਨਾਲ ਜੁੜਨਾ ਹੈ। ਇੱਛਾ ਪੂਰਕ ਸਰਵ ਸੁਖ ਦਾਤਾ ਹਰ ਜਾ ਕੇ ਵਸ ਕਾਮ ਤੇ ਨਾਉਣ। ਸੰਗਤ ਵਿੱਚ ਆਪਾਂ ਕਾਹਦੇ ਵਾਸਤੇ ਆਉਂਦੇ ਹਾਂ, ਗੁਰੂ ਦਰਬਾਰ ਵਿੱਚ ਕਾਹਦੇ ਲਈ ਹਾਜ਼ਰੀ ਭਰਦੇ ਹਾਂ, ਨਾਮ ਕਾਹਦੇ ਲਈ ਜਪਦੇ ਹਾਂ, ਸੇਵਾ ਕਾਹਦੇ ਲਈ ਕਰਦੇ ਹਾਂ। ਇੱਥੇ ਪਾਤਸ਼ਾਹ ਕਹਿੰਦੇ ਨੇ ਇੱਛਾ ਪੂਰਕ ਸਰਵ ਸੁਖ ਦਾਤਾ ਹਰ ਜਾ ਕੇ ਵਸ ਕਾਮ ਤੇ ਨਾ। ਹੁਣ ਆਪਾਂ ਸਾਰੇ ਹੀ ਲੋੜਾਂ ਮੁਤਾਬਕ ਆਉਂਦੇ ਗੁਰੂ ਦਰਬਾਰ ਵਿੱਚ, ਪਰ ਬਿਰਲੇ ਹਨ ਜਿਹੜੇ ਪਰਮੇਸ਼ਰ ਦੀ ਬੰਦਗੀ ਮੰਗਦੇ ਹਨ। ਬਿਨ ਤੋਂ ਹੋਰ ਜੇ ਮੰਗਣਾ ਸਿਰ ਦੁੱਖਾਂ ਕੈ ਦੁੱਖ ਦੇ ਨਾਮ ਸੰਦੋਖੀ ਉਤਰੈ ਮਨ ਕੀ ਭੁੱਖ। ਇਹ ਸਾਰੀਆਂ ਭੁੱਖਾਂ ਲੈ ਜਾਂਦੀਆਂ ਨੇ। ਸਭ ਤੋਂ ਵੱਡੀਆਂ ਲੋੜਾਂ ਆਪਾਂ ਮੰਗਦੇ ਹਾਂ ਵੀ ਘਰ ਵਿੱਚ ਸੁਖ ਸ਼ਾਂਤੀ ਵਰਤਾਏ ਹੋਏ, ਬੱਚਿਆਂ ਨੂੰ ਚੜ੍ਹਦੀ ਕਲਾ, ਪਰਿਵਾਰ ਨੂੰ ਚੜ੍ਹਦੀ ਕਲਾ, ਸਰੀਰ ਨੂੰ ਦੇਹ ਰੋਗਤਾ ਬਖਸ਼ ਕਰਿਓ। ਇਹ ਸਾਡੀਆਂ ਮੇਨ ਲੋੜਾਂ ਹਨ। ਵੈਸੇ ਬੰਦਾ ਇਹ ਮਾਨਾ ਜਿਹੜਾ ਰੱਖਦਾ ਨਹੀਂ ਹੈ, ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਭਾਰ। ਅਰਬਾਂ ਖਰਬਾਂ ਪਤੀ ਹੋ ਜਾਵੇ ਭਾਈ ਬੰਦਾ, ਕਰੋੜਾਂ ਪਤੀ ਹੋ ਜਾਵੇ, ਪਰ ਫਿਰ ਵੀ ਬੰਦੇ ਦੀ ਤ੍ਰਿਸ਼ਨਾ ਭੁੱਖ ਨਹੀਂ ਜਾਂਦੀ। ਹੁਣ ਮਹਾਰਾਜ ਕਹਿੰਦੇ ਇੱਛਾ ਪੂਰਕ ਸਰਵ ਸੁਖ ਦਾਤਾ ਹਰ ਜਾ ਕੇ ਵਸ ਕਾਮ ਤੇ ਨਾ। ਉਹ ਇੱਛਾ ਸਾਰੀਆਂ ਪੂਰੀਆਂ ਪਰਮਾਤਮਾ ਕਰਦਾ ਹੈ। ਗੁਰਸੇਵਾ ਨਾ ਲੱਭਿਆ, ਸੰਸਕ੍ਰਿਤ ਵਿੱਚ ਪੰਚਮ ਪਾਤਸ਼ਾਹ ਵੀ ਕਹਿੰਦੇ ਨੇ ਜਿਹਨੇ ਸੇਵਾ ਕਰ ਲਈ, ਸਿਮਰਨ ਕਰ ਲਿਆ, ਸੰਸਕ ਕਰ ਲਈ, ਮੈਨੂੰ ਦੱਸੋ ਕੋਈ ਹੈ ਐਸਾ ਜਿਹਨੂੰ ਕੋਈ ਪ੍ਰਾਪਤੀ ਨਾ ਹੋਈ ਹੋਵੇ। ਪਰ ਪਾਤਸ਼ਾਹ ਇੱਥੇ ਕਹਿੰਦੇ ਜਿਹੜਾ ਹਰੀ ਸਾਰੀਆਂ ਕਾਮਨਾ ਪੂਰੀਆਂ ਕਰਨ ਵਾਲਾ ਹੈ, ਜਿਹੜਾ ਸਾਰੇ ਸੁੱਖ ਦੇਣ ਵਾਲਾ ਹੈ, ਜਿਸਦੇ ਵਸ ਵਿੱਚ ਸਵਰਗ ਵਿੱਚ ਰਹਿਣ ਵਾਲੀ ਜਿਹੜੀ ਸਮਝ ਜਾਂਦੀ ਹੈ ਕਾਮ ਧੇਨ। ਕਾਮ ਧੇਨ ਦਾ ਮਤਲਬ ਹੁੰਦਾ ਵੀ ਜਿਹੜੀ ਕਾਮਨਾ ਕਰ ਲਈ ਅਸੀਂ ਮਨ ਵਿੱਚ ਸੋਚ ਲਿਆ। ਇੱਕ ਕਲ ਵਿਰਸ਼ ਵੀ ਹੁੰਦਾ ਹੈ, ਦਰਖਤ ਵੀ ਹੁੰਦਾ ਹੈ, ਜੇ ਉਹਦੇ ਥੱਲੇ ਬਹਿ ਕੇ ਆਪਾਂ ਕੋਈ ਮਨ ਵਿੱਚ ਧਾਰਨਾ ਕਰ ਲਈਏ ਨਾ ਤੇ ਉਹ ਪੂਰੀ ਹੋ ਜਾਂਦੀ ਹੈ। ਹੁਣ ਮਹਾਰਾਜ ਇੱਥੇ ਕਾਮ ਧੇਨ ਦੀ ਨਿਆਈ ਹਨ ਗੁਰੂ ਗ੍ਰੰਥ ਸਾਹਿਬ ਜੀ। ਉਹ ਅਕਾਲ ਪੁਰਖ ਵਾਹਿਗੁਰੂ ਦੇ ਸਨਮੁਖ ਪਤਾ ਨੀ ਕਿੰਨੀਆਂ ਕਾਮ ਧੇਨਾਂ ਤੇ ਕਲਪ ਵਿਰਸ਼ ਹਨ। ਜਿਹੜੇ ਅਕਾਲ ਪੁਰਖ ਵਾਹਿਗੁਰੂ ਦੇ ਸਨਮੁਖ ਆਪਾਂ ਬੈਠੇ ਹਾਂ, ਉੱਥੇ ਤੈਨੂੰ ਕਾਮ ਧੇਨ ਦੀ ਜ਼ਰੂਰਤ ਨੀ ਪੈਣੀ, ਉੱਥੇ ਤੈਨੂੰ ਕਲਪ ਵਿਰਸ਼ ਦੀ ਲੋੜ ਨੀ ਪੈਣੀ, ਕਿਉਂਕਿ ਮਹਾਰਾਜ ਕਹਿੰਦੇ ਨੇ ਜਾ ਕੇ ਸਿਮਰਨ ਸਭ ਕਿਛ ਪਾਈਐ ਵਿਰਥੀ ਧਾਰਨਾ ਜਾਈ, ਇਸ ਪ੍ਰਭ ਤਿਆਗ ਅਵਰ ਕਤ ਰਾਜੋ ਜੋ ਸਭ ਮੈਂ ਰਿਹਾ ਸਮਾਈ। ਤੂੰ ਇਹਦੇ ਨਾਲ ਰਚ ਜਾ ਸੰਸਾਰ ਨੂੰ ਪ੍ਰੀਤੀ ਤੋਰ ਲੈ, ਫਿਰ ਤੇਰੀਆਂ ਸਾਰੀਆਂ ਹੀ ਮਨੋਕਾਮਨਾ ਪੂਰਨ ਹੋ ਜਾਣਗੀਆਂ, ਕਹਿਣ ਦੀ ਲੋੜ ਨਹੀਂ ਪੈਣੀ। ਹੁਣ ਮਾਂ ਬਾਪ ਬੱਚੇ ਨੂੰ ਥੋੜ੍ਹਾ ਭਾਈ ਬੱਚੇ ਨੂੰ ਕਹਿਣ ਦੀ ਲੋੜ ਪੈਂਦੀ ਮੈਨੂੰ ਆਹ ਵਸਤੂ ਚਾਹੀਦੀ, ਜਿੰਨਾ ਚਿਰ ਉਹਨੂੰ ਸੁਣਤ ਨਹੀਂ ਆਉਂਦੀ ਉਹਦੀਆਂ
ਜਿਹੜੀਆਂ ਇੱਛਾਵਾਂ ਹੁੰਦੀਆਂ ਸਾਰੇ ਮਾਂ ਬਾਪ ਕਰਦੇ ਨੇ। ਅਸੀਂ ਵੀ ਮਹਾਰਾਜ ਅਕਾਲ ਪੁਰਖ ਵਾਹਿਗੁਰੂ ਦੇ ਬੱਚੇ ਹਾਂ, ਜਦੋਂ ਦੇ ਸਨਮੁਖ ਹੋ ਜਾਵਾਂਗੇ ਸਾਰੀਆਂ ਲੋੜਾਂ ਪੂਰੀਆਂ ਹੋ ਜਾਣਗੀਆਂ। ਫਿਰ ਮਹਾਰਾਜ ਕਹਿੰਦੇ ਸੋ ਐਸਾ ਹਰ ਧਿਆਈਆ ਮੇਰੇ ਜੀਵੜੇ ਤਾਂ ਸਰਬ ਸੁਖ ਪਾਵੈ ਮਰੀ ਮਰੀ। ਫਿਰ ਉਸ ਨੂੰ ਧਿਆ ਜਿਹਦੇ ਭਾਵ ਚਰਨਾਂ ਵਿੱਚ ਕਾਮ ਧਿਨ ਵਰਗੇ ਗਮਾ ਕਲ ਵਿੱਚ ਵਰਗੇ ਹਨ, ਸੋ ਐਸਾ ਐਸਾ ਮੇਰਾ ਸਤਿਗੁਰ ਹੈ। ਬਲਿਹਾਰੀ ਗੁਰੇ ਆਪਣੇ ਦਿਵਾੜੀ ਸਲਵਾਰ, ਜਿਨ ਮਾਨਸ ਦੇ ਦੇਵ ਦੇ ਕੀਏ ਕਰਤਨ ਲਾਗੀ ਵਾਜਰ। ਮਾਨਸਾ ਤੋਂ ਦੇਵੇ ਦੇਵ ਦੇ ਬਣਾਉਣ ਵਾਲਾ ਹੈ ਅਕਾਲ ਪੁਰਖ ਵਾਹਿਗੁਰੂ। ਜੇ ਸੋ ਚੰਦਾ ਉਗਲਾ ਸੂਰ ਚੜੇ ਹਜ਼ਾਰੇ ਤੇ ਚਾਨਣ ਹੁੰਦਿਆਂ ਗੁਰਬਿਨ ਘੋਰ ਅੰਧਾਰ, ਗੁਰੂ ਤੋਂ ਬਿਨਾਂ ਤੈਨੂੰ ਅਨੇਰਾ ਹੀ ਲੈ। ਇੱਥੇ ਮਹਾਰਾਜ ਕਹਿੰਦੇ ਸੋ ਐਸਾ ਹਰ ਧਿਆਈ ਹੈ ਮੇਰੇ ਜੀ ਅੜੇ, ਕਿਹੜਾ ਵੱਡੇ ਕੀਆਂ ਵਡਿਆਈਆਂ ਕਿਛ ਕਹਿਣਾ ਕਹਿਣਾ ਜਾਏ, ਉਹ ਵੱਡਾ ਅਕਾਲ ਪੁਰਖ ਵਾਹਿਗੁਰੂ ਹੈ। ਸੋ ਐਸਾ ਹਰ ਧਿਆਈ ਹੈ ਮੇਰੇ ਜੀ ਅੜੇ ਤਾਂ ਸਰ ਸੁਖ ਪਾਵੈ ਮੇਰੇ ਮਨ, ਜਿਹਦੇ ਅੰਦਰ ਪਤਾ ਨੀ ਕਿੰਨੀਆਂ ਕਾਮ ਧੇਨਾਂ ਹਨ ਕਲ ਵਿਰਸ ਹਨ। ਮਹਾਰਾਜ ਕਹਿੰਦੇ ਉਹ ਅਜਿਹੀ ਸਮਰੱਥਾ ਵਾਲੇ ਪਰਮਾਤਮਾ ਦਾ ਸਿਮਰਨ ਕਰਨਾ ਚਾਹੀਦਾ ਹੈ। ਜਦੋਂ ਤੂੰ ਪਰਮਾਤਮਾ ਦਾ ਸਿਮਰਨ ਕਰੇਗਾ ਨਾ, ਆ ਸਤਨਾਮ ਵਾਹਿਗੁਰੂ ਮੂਲ ਮੰਤਰ ਦਾ ਪਾਠ ਨਾਨਕ ਹੋਸੀ ਪੀ ਸੱਚ ਤੱਕ, ਤੈਨੂੰ ਆਨੰਦ ਆਨੰਦ ਆਈ ਜਾਵੇਗਾ। ਮੁੱਖ ਵਾਰ ਕਹਿੰਦੇ ਮਾਲਾ ਫੇਰ ਕਹਿੰਦਾ ਦੇਖ ਸਾਡੇ ਨਾਮ ਦੀ। ਮਹਾਰਾਜ ਕਹਿੰਦੇ ਜਦ ਤੂੰ ਉਹਦੇ ਨਾਮ ਦੀ ਮਾਲਾ ਫੇਰੇਗਾ ਨਾ, ਮਹਾਰਾਜ ਤੇਰੇ ਨਾਮ ਦੀ ਮਾਲਾ ਫੇਰ। ਜਿਵੇਂ ਨਾਰਦ ਜੀ ਨੇ ਪੁੱਛਿਆ ਦੀ ਭਗਵਾਨ ਜੀ ਨੂੰ ਤੁਸੀਂ ਕਿਹਦੇ ਨਾਮ ਦੀ ਮਾਲਾ ਫੇਰਦੇ ਹੋ, ਭਗਵਾਨ ਨੇ ਕਹਿਣਾ ਕੀਤਾ ਦੀ ਕਹਿੰਦੇ ਜਿਹੜੇ ਸਾਡੇ ਨਾਮ ਦੀ ਮਾਲਾ ਫੇਰਦੇ ਨੇ ਅਸੀਂ ਉਹਨਾਂ ਦੇ ਨਾਮ ਦੀ ਮਾਲਾ ਫੇਰਦੇ ਹਾਂ। ਅਸੀਂ ਆਪਾਂ ਸੰਸਾਰੀ ਗੱਲ ਕਰ ਲਈ, ਜੇ ਕਿਸੇ ਨੂੰ ਆਪਾਂ ਯਾਦ ਕਰਾਂਗੇ ਇਸ ਨੂੰ ਬੁਲਾਵਾਂਗੇ ਤਾਂ ਹੀ ਸਾਨੂੰ ਬੁਲਾਊ ਕੋਈ ਨਾ। ਜੇ ਅਸੀਂ ਉਹਨੂੰ ਹੀ ਬੁਲਾਵਾਂਗੇ, ਅਸੀਂ ਆਪਣੀ ਹੈਂਕੜ ਵਿੱਚ ਰਹਾਂਗੇ, ਫਿਰ ਸਾਨੂੰ ਕੌਣ ਬੁਲਾਵੇ। ਪਰ ਇੱਕ ਇਹ ਵੀ ਗੱਲ ਹੈ ਨਾਲ, ਜੇ ਕਿਸੇ ਨੂੰ ਬੁਲਾਉਣ ਲੱਗ ਜਾਓ, ਇਹ ਨਹੀਂ ਪਤਾ ਵੀ ਕੋਈ ਤਵਾ ਲਾ ਦੇ ਜਾਏ, ਨਹੀਂ ਪਤਾ ਅਗਲੇ ਮਨ ਵਿੱਚ ਜਾਵੇ ਹਾਂਜੀ ਮੇਰੇ ਤੱਕ ਕੋਈ ਲੋੜ ਹੈ, ਜਾਂ ਇਹ ਨਹੀਂ ਪਤਾ ਹੋ ਜਾਵੇ ਮੇਰੇ ਤੋਂ ਡਰਦਾ ਬੁਲਾਉਂਦਾ। ਇੱਦਾਂ ਵੀ ਸਾਡੇ ਮਨ ਵਿੱਚ, ਸਾਡੇ ਮਨ ਗੁਰੂ ਵਾਲਾ ਗਿਆਨ ਨਹੀਂ ਲੈਂਦੇ, ਸੰਸਾਰੀ ਗਿਆਨ ਜ਼ਰੂਰ ਹੈ। ਹੁਣ ਮਹਾਰਾਜ ਕਹਿੰਦਾ ਜਦੋਂ ਤੂੰ ਸਿਮਰਨ ਕਰੇਗਾ ਉਹਦਾ ਤਦੋਂ ਤੈਨੂੰ ਸਾਰੇ ਸੁੱਖ ਹਾਸਲ ਕਰ ਲਵੇਗਾ। ਕਿਉਂਕਿ ਭਾਈ ਲੋਕ ਸੁਖੀਏ ਪਰ ਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮਿਲਦੇ। ਫਿਰ ਮਹਾਰਾਜ ਕਹਿੰਦੇ ਜਪ ਮਨ ਸਦਾ ਸਤਨਾਮ, ਹਲਕ ਪਲਕ ਉਜਲ ਹੋਈਏ ਨਿਤ ਧਿਆਈਏ ਹਰ ਪੁਰਖ ਨਿਰੰਜਨਾ। ਹੇ ਮਨ ਸਦਾ ਥਿਰ ਪ੍ਰਭੂ ਦਾ ਨਾਮ ਜਪਿਆ ਕਰ, ਉੱਠਦੇ ਵੀ ਬਹਿੰਦੇ ਵੀ ਕੰਮ ਕਰਦੇ ਵੀ। ਮਹਾਰਾਜ ਕਹਿੰਦੇ ਉਹਦਾ ਪਰਮੇਸ਼ਰ ਦਾ ਸਿਮਰਨ ਕਰ। ਫਿਰ ਮਹਾਰਾਜ ਕਹਿੰਦੇ ਨੇ ਭਾਈ ਸਰਬ ਵਿਆਪ ਅਮਲੇਪ ਹਰੀ ਦਾ ਧਿਆਨ ਕਰਨਾ ਚਾਹੀਦਾ ਹੈ, ਉਹਦੀ ਯਾਦ ਵਿੱਚ ਬੈਠ ਜਾ ਬੇਨਤੀ ਕਰਦਾ ਉਹਨਾਂ ਵੀ ਸਿਮਰਨ ਨਹੀਂ ਹੁੰਦਾ, ਬਾਣੀ ਨਹੀਂ ਪੜੀ ਜਾਂਦੀ, ਵੱਖਰੀ ਗੱਲ ਹੈ। ਪਰ ਤੂੰ ਉਹਦੀ ਯਾਦ ਵਿੱਚ ਬੈਠ ਜਾ, ਵੀ ਪਰਮੇਸ਼ਰ ਤੇਰੀ ਯਾਦ ਵਿੱਚ ਬੈਠਾ ਹਾਂ। ਅੱਜ ਬੈਠਣ ਲੱਗ ਗਿਆ ਉਹਦੀ ਯਾਦ ਵਿੱਚ, ਕੱਲ੍ਹ ਨੂੰ ਸਿਮਰਨ ਵੀ ਕਰਨ ਲੱਗ ਜਾਏਗਾ, ਵਾਹਿਗੁਰੂ ਵੀ ਜਪਣ ਲੱਗ ਜਾਵੇਗਾ, ਸਤਨਾਮ ਵੀ ਜਪਣ ਲੱਗ ਜਾਵੇਗਾ, ਫਿਰ ਸੰਗਤ ਵੀ ਕਰਨ ਲੱਗ ਜਾਵੇਗਾ। ਇਸ ਤਰ੍ਹਾਂ ਫਿਰ ਮਹਾਰਾਜ ਕਹਿੰਦੇ ਲੋਕ ਪ੍ਰਲੋਕ ਵਿੱਚ ਤੈਨੂੰ ਇੱਜ਼ਤ ਮਿਲੇਗੀ। ਫਿਰ ਮਹਾਰਾਜ ਕਹਿੰਦੇ ਨੇ ਰੇ ਰੇ ਦਰਗਹਿ ਕਹਿ ਨਾ ਕਹੂ, ਆਓ ਬੈਠ ਆਦਰ ਸੁਭ ਦਿਓ। ਫਿਰ ਮਹਾਰਾਜ ਕਹਿੰਦੇ ਉੱਥੇ ਓਏ ਓਏ ਕਹਿ ਕੇ ਕਿਸੇ ਨੇ ਨਹੀਂ ਬੁਲਾਉਣਾ, ਫਿਰ ਉੱਥੇ ਕਹਿੰਦੇ ਆਓ ਬੈਠ ਆਦਰ ਸੁਭ ਦਿਓ, ਫਿਰ ਉੱਥੇ ਤੈਨੂੰ ਆਦਰ ਸਤਿਕਾਰ ਮਿਲੇਗਾ। ਇਹ ਮਿਲੇਗਾ ਕਦੋਂ,
ਜਦੋਂ ਤੂੰ ਕਹਿੰਦੇ ਜਪ ਮਨ ਸਤਨਾਮ ਸਦਾ ਸਤਨਾਮ, ਜਦੋਂ ਦਾ ਸਦਾ ਵਾਸਤੇ ਪਰਮੇਸ਼ਰ ਦੀ ਬੰਦਗੀ ਕਰੇਗਾ। ਆਓ ਪਾ ਧਿਆਨ ਦੇ ਵਿੱਚ ਆੜਨਾ ਜੁੜੀਏ। ਜਦੋਂ ਹੁਣ ਸੰਗੀ ਸਾਥੀ ਛੱਡ ਕੇ ਭਾਈ ਪ੍ਰੇਮੇ ਨੂੰ ਉਹਨਾਂ ਨੂੰ ਯਾਦ ਕਰਦਾ ਤੇ ਮਨ ਵਿੱਚ ਵੀ ਖਿਆਲ ਆਇਆ ਵੀ ਜਿਹੜੇ ਮੇਰੇ ਘਰ ਦੇ ਸੀ ਬਿਪਤ ਭਰੀ ਸਭ ਹੀ ਸੰਗ ਛਾੜਤ ਕਉ ਨਾ ਆਵਤ ਨੇਰਾ। ਉਹ ਸਾਰੇ ਸੰਗੀ ਸਾਥੀ ਛੱਡ ਗਏ ਨੇ ਭਾਈ ਅੱਜ, ਤੇ ਹੁਣ ਯਾਦ ਕਰਦਾ ਵੀ ਜਿਵੇਂ ਸਿਆਣਿਆਂ ਦੀਆਂ ਗੱਲਾਂ ਮੰਨ ਲੈਂਦਾ। ਕਈ ਵਾਰ ਸਿਆਣੇ ਨੀ ਕਹਿੰਦੇ ਬੱਚਿਆਂ ਨੂੰ, ਆ ਬੱਚੇ ਪੜ੍ਹਦੇ ਨੇ ਵੀ ਮੈਂ ਸਿਆਣਾ ਨੀ ਹੈਗਾ ਤੇ ਮੇਰੇ ਦਿਲਾ ਦੋ ਗੱਲ। ਮੈਂ ਬੱਚਿਆਂ ਨੂੰ ਕਹਿੰਦਾ ਹੁੰਦਾ ਭਾਈ ਇਹ ਸੰਸਾਰ ਵਿੱਚ ਵਿਚਰਨਾ ਹੈ, ਆਪਣੇ ਅਸੂਲ ਬਣਾ ਲਓ। ਜਿਵੇਂ ਕਹਿ ਲਈਏ ਵੀ ਘਰ ਵੀ ਪੜ੍ਹਨ ਦੀ ਲੋੜ ਨੀ ਪੈਂਦੀ, ਤੂੰ ਕਰਮ ਚੰਗੇ ਕਰਨ ਲੱਗ ਪਿਆ ਬਸ। ਹੁਣ ਜਿਹੜੇ ਦੇ ਕਰਮ ਤੇ ਪ੍ਰੇਮੇ ਦੇ ਕਰਮ ਵਿਗੜ ਗਏ, ਤੈਨੂੰ ਧਰਮੀ ਪੜ੍ਹਨ ਦੀ ਲੋੜ ਨੀ ਪੈਣੀ। ਭਗਵਤ ਗੀਤਾ ਪੜ੍ਹ ਲਓ, 700 ਸਲੋਕ ਹੈ ਭਗਵਤ ਗੀਤਾ ਦਾ, ਅਤੇ ਕ੍ਰਿਸ਼ਨ ਭਗਵਾਨ ਨੇ ਆਪਣੇ ਹਿਰਦੇ ਦੀ ਗੱਲ ਕੀਤੀ ਹੋਈ ਹੈ। ਉਹਦੇ ਵਿੱਚ ਇਹ ਦੱਸਿਆ ਵੀ ਤੂੰ ਕਰਮ ਸਹੀ ਕਰ ਲੈ, ਅਰਜਨ ਨੂੰ ਵੀ ਕਰਮਾਂ ਦੀ ਗੱਲ ਕੀਤੀ ਹੈ ਤੇ ਸਾਨੂੰ ਵੀ ਦਿੱਤੀ ਆਓ ਭਾਈ, ਗੱਲ ਕੱਲੀ ਅਰਜਨ ਨੂੰ ਨੀ ਕਹੀ। ਅਤੇ ਭਾਈ ਮਹਾਤਮਾ ਬੁੱਧ ਦੀ ਫਲਾਸਫੀ ਪੜ੍ਹ ਲਓ, ਉਹਦੇ ਵਿੱਚ ਵੀ ਗਿਆਨ ਦੀ ਗੱਲ ਇਹੀ ਹੈ ਵੀ ਤੂੰ ਕਰਮ ਸਹੀ ਕਰ ਲੈ, ਤੈਨੂੰ ਧਰਮੀ ਬਣਨ ਦੀ ਲੋੜ ਨੀ, ਤੂੰ ਆਪੇ ਧਰਮੀ ਬਣ ਜਾਵੇਂਗਾ। ਅਸੀਂ ਧਰਮੀ ਤਾਂ ਬਣ ਰਹੇ ਹਾਂ, ਅਸੀਂ ਧਰਮੀ ਹਾਂ, ਅਸੀਂ ਸਿੱਖਾਂ, ਮੈਂ ਹਿੰਦੂ ਹਾਂ, ਮੈਂ ਮੁਸਲਮਾਨ, ਪਰ ਸਾਡੇ ਕਰਮ ਸਹੀ ਨਹੀਂ ਹੋ ਰਹੇ। ਹੁਣ ਇਹਦੇ ਕਰਮ ਬਦਲ ਕੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹ ਲਓ। ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਕਰਮਾਂ ਦੀ ਗੱਲ ਕੀਤੀ ਹੈ ਵੀ ਤੂੰ ਕਰਮ ਸਹੀ ਕਰ ਲੈ, ਕਿਸੇ ਦਾ ਮਾੜਾ ਨਾ ਕਰਨ ਦਿਆ, ਚੁਗਲੀ ਨਾ ਕਰਨ, ਈਰਖਾ ਤੋਂ ਆਪ ਛੱਡ ਦੇ, ਕਾਮ ਕਰੋ ਤੇ ਝੂਠ ਨਿੰਦਾ, ਇਨਤੇ ਆਪ ਜਾਵੇ ਪੀਤਰੇ ਇਨਕੋ ਡਾਰੋ, ਆਪਣਾ ਨਿਕਟ ਬੁਲਾਵੋ। ਇਹਨਾਂ ਨੂੰ ਤਿਆਗ ਦੇ ਮਹਾਰਾਜ ਕਹਿੰਦੇ, ਪਰ ਨਿੰਦਾ ਮੁਕਤੇ ਨੇ ਛੁੱਟੀ ਨੇ ਪਲ ਪਲ ਸਭ ਸੇਵਾ। ਮਹਾਰਾਜ ਕਹਿੰਦੇ ਨੇ ਥਾਂ ਥਾਂ ਤੇ ਕਰਮ ਸਹੀ ਕਰਨਾ। ਮਹਾਰਾਜ ਕਹਿੰਦੇ ਹੁਣ ਕਰਮ ਵਿਗੜ ਗਏ ਭਾਈ ਧਰਮ ਦੇ ਪ੍ਰੇਮਾ ਜੀ ਦੇ, ਹੁਣ ਉਹ ਗੱਲਾਂ ਯਾਦ ਕਰਦਾ ਯਾਦ ਕਰਦਾ ਕਰਦਾ ਜਦੋਂ ਸਮਾਂ ਬੀਤਦਾ ਗਿਆ, ਕਹਿੰਦੇ ਹੁਣ ਜਿਹੜੇ ਘਰ ਦੇ ਸੀ ਪ੍ਰਸ਼ਾਦਾ ਪਾਣੀ ਕਦੇ ਦੇ ਆਏ ਕਦੇ ਨਾ ਦੇ ਆਏ, ਮੁਸ਼ਕਿਲ ਆ ਗਿਆ ਮਾਰਨਾ, ਕੋੜ ਇੰਨਾ ਵੱਧ ਗਿਆ, ਬਿਮਾਰੀ ਇੰਨੀ ਵੱਧ ਗਈ, ਇੱਥੋਂ ਤੱਕ ਤਾਂ ਕਹਿੰਦੇ ਉਹਦੇ ਗਲ ਵਿੱਚ ਵੀ ਕਹਿੰਦੇ ਕੁੱਜਾ ਪਾਤਾ ਵੀ ਹੱਥ ਆਪੇ ਪਾਣੀ ਦੂਰੋਂ ਪਾ ਦਿਆ ਕਰਾਂਗੇ, ਸਾਨੂੰ ਚੱਕਣ ਦੀ ਲੋੜ ਨਾ ਪਵੇ, ਹੱਥ ਨਾਲ ਫੜਾਉਣ ਦੀ ਲੋੜ ਨਾ ਪਵੇ, ਛੂਤ ਦੀ ਬਿਮਾਰੀ ਹੈ ਆਪੇ ਪੀ ਲਿਆ ਕਰਾਂਗੇ। ਇਤਿਹਾਸ ਕਰਦੇ ਨੇ ਗਲ ਵਿੱਚ ਕੁੱਜਾ ਪਾਤਾ ਤੇ ਉਹ ਕੁੱਜੇ ਦੇ ਵਿੱਚ ਜਲ ਪਾਣੀ ਪਾਇਆ ਕਰਨ, ਫਿਰ ਆਪੇ ਛੱਕ ਰਿਹਾ। ਹੁਣ ਕਰਮਾਂ ਨੂੰ ਰੋਂਦਾ, ਹੁਣ ਮਹਾਰਾਜ ਕਹਿੰਦੇ ਨੇ ਭਾਈ ਦੱਦਾ ਦੋਸ ਨਾ ਦਿਓ ਕਿਸੈ, ਦੋਸ ਕਰਮ ਆਪਣੇ ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ ਨਾ ਦੀਜੈ ਅਵਰਜਨ। ਅਸੀਂ ਵੀ ਕਿਸੇ ਨੂੰ ਕਹਿ ਦਿੰਦੇ ਹਾਂ ਵੀ ਮੇਰਾ ਫਲਾਣੇ ਨੇ ਮਾੜਾ ਕਰਤਾ, ਨਹੀਂ ਭਾਈ ਦੱਦਾ ਦੋਸ ਨਾ ਕਿਸੇ ਨੂੰ ਦਈਏ, ਦੋਸ ਤੇਰੇ ਕਰ ਦੋਸ ਨਾ ਕਿਸੇ ਨੂੰ ਦਈਏ, ਦੋਸ ਤੇਰੇ ਕਰ ਦੱਸਾ ਦੋਸ ਨਾ ਕਿਸੇ ਨੂੰ ਦਈਏ,
ਦੋਸ ਨਾ ਕਿਸੇ ਨੂੰ ਦਈਏ, ਦੋਸ ਤੇਰੇ ਕਰਮਾਂ ਦਾ ਦੱਦਾ, ਦੋਸ ਨਾ ਕਿਸੇ ਨੂੰ ਦਈਏ, ਦੋਸ ਤੇਰੇ ਦੱਦਾ ਦੋਸਤ ਨਾ ਦਿਓ ਕਿਸੇ ਦੋਸਤ ਕਰਮਾ ਆਪਣਿਆ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸਤ ਨਾ ਦੀਜੈ ਆਵਰਾ ਜਾਣਾ, ਕਿਸੇ ਨੂੰ ਦੋਸਤ ਨਹੀਂ ਦੇਣਾ ਚਾਹੁੰਦਾ, ਤੇਰੇ ਕਰਮੀ ਐਸੇ ਕੀਤੇ ਹੋਏ ਨੇ। ਅਸੀਂ ਕਹਿ ਦਿੰਦੇ ਪਰਮਾਤਮਾ ਨੂੰ ਵੀ ਕਹਿ ਦੇਣਾ ਜਾਂ ਕਿਸੇ ਦੋਸਤ ਪੜਾਂਗੇ, ਸਾਡਾ ਬੱਚਾ ਨਸ਼ਿਆਂ ਤੇ ਲਾਤਾ ਜੀ, ਸਾਡਾ ਆਹ ਵਿਗਾੜਤਾ, ਨਹੀਂ ਤੇਰੇ ਕਰਮ ਐਸੇ ਨੇ। ਤਾਂ ਹੀ ਮਹਾਰਾਜ ਕਹਿੰਦੇ ਨੇ ਆਵ ਕਲੂ ਆਏ ਹੋਏ ਇੱਕ ਨਾਮ ਹੋਵੋ। ਆਹ ਕਲਯੁਗ ਦੇ ਵਿੱਚ ਆਹ ਸਰੀਰ ਰੂਪੀ ਹੋਏ ਦੇ ਵਿੱਚ ਧਰਤੀ ਦੇ ਵਿੱਚ ਪਰਮੇਸ਼ਰ ਦਾ ਨਾਮ ਬੀਜ ਲੈ, ਚੰਗੇ ਕਰਮ ਬੀਜ ਲੈ। ਮਹਾਰਾਜ ਕਹਿੰਦੇ ਨੇ ਭਾਈ ਮਨ ਹਾਲੀ ਕਰਸਾਣੀ ਕਰਨੀ ਸਰਮ ਬਾਣੀ ਤਨ ਖੇਤ, ਨਾਮ ਬੀਜ ਸੰਤੋਖ ਸੁਹਾਗਾ ਰੱਖ ਗਰੀਬੀ ਵੇਸ। ਇਹਦੇ ਵਿੱਚ ਨਾਮ ਤਾਂ ਬੀਜਿਆ ਨੀ, ਚੰਗੇ ਕਰਮ ਨੀ ਬੀਜੇ, ਭਾਲਦਾ ਤੂੰ ਸੁੱਖਾ ਫਿਰ ਜੇ ਹੁਣ ਬੀਜੇਗਾ ਤੂੰ ਚੱਕਰਾਂ ਦੇ ਬੀਜ, ਪਾਲਦਾ ਫਿਰ ਬਜੌਰੀ ਦਾਖਾ ਉਹ ਥੋੜਾ ਮਿਲ ਲਗੀਆਂ ਭਾਈ। ਜੇ ਆਪਾਂ ਨੇ ਜੀਰੀ ਲਾਈ ਹੈ ਤਾਂ ਜੀਰੀ ਵੱਢਾਂਗੇ ਨਾ। ਇਸ ਕਰਕੇ ਭੋਏ ਦੇ ਵਿੱਚ ਚੰਗੇ ਕਰਮ ਬੀਜ ਲਈਏ, ਸਾਡਾ ਜਿਹੜਾ ਆਉਣ ਵਾਲਾ ਸਮਾਂ ਉਹ ਸੁਖਾਲਾ ਹੋ ਜਾਵੇਗਾ। ਤੈਨੂੰ ਮਨੁੱਖਾਂ ਦੇ ਦਿੱਤੀ ਹੋਈ ਇਸ ਵਾਸਤੇ ਪਰਮਾਤਮਾ ਨੇ
ਕਿ ਤੂੰ ਆਪਣੇ ਬੱਚਿਆਂ ਨੂੰ ਪਾਲ, ਗ੍ਰਸਤ ਮਾਰਗ ਵਿੱਚ ਰਹਿ ਕਰਕੇ ਚੰਗੇ ਕਰਮ ਕਰਨ, ਨਾਮ ਜਪ। ਸਭ ਤੋਂ ਵੱਡਾ ਸਾਧੂ ਹੈ ਜਿਹੜਾ ਗ੍ਰਸਤ ਮਾਰਗ ਦੇ ਵਿੱਚ ਰਹਿ ਕਰਕੇ ਧਰਮ ਦੀ ਕਮਾਈ ਕਰਦਾ, ਆਪਣੇ ਬੱਚਿਆਂ ਨੂੰ ਪਾਲਦਾ ਤੇ ਪਰਮੇਸ਼ਰ ਦੀ ਬੰਦਗੀ ਕਰਦਾ ਹੈ, ਅੰਮ੍ਰਿਤ ਵੇਲੇ ਜਾਗਦਾ ਹੈ, ਬਾਣੀ ਪੜ੍ਹਦਾ ਹੈ, ਸਿਮਰਨ ਕਰਦਾ ਹੈ, ਸਤਸੰਗਤ ਕਰਦਾ ਹੈ। ਉਹਨੂੰ ਜੰਗਲਾਂ 'ਚ ਜਾਣ ਦੀ ਲੋੜ ਨਹੀਂ ਪੈਣੀ, ਜਾ ਕੇ ਵੀ ਜੱਟਾਂ ਵਧਾਲੀਆਂ ਜਲ ਧਾਰੇ ਕਰ ਲਏ, ਧੋਣੇ ਤਾਪ ਲਏ, ਇੱਥੇ ਸਾਰਾ ਕੁਛ ਬਣ ਜਾਣਾ ਭਾਈ, ਇੱਥੇ ਤੋਂ ਵੱਡਾ ਸਾਧੂ ਬਣ ਜਾਣਗਾ। ਹੁਣ ਕਹਿੰਦੇ ਇਹ ਪ੍ਰੇਮੇ ਦੇ ਮਨ ਵਿੱਚ ਖਿਆਲ ਆ ਗਿਆ ਵੀ ਤੂੰ ਕਰਮੇ ਚੰਗੇ ਨਹੀਂ ਕੀਤੇ ਤਾਂ ਤੇਰੇ ਨਾਲੇ ਤੈਨੂੰ ਬਿਮਾਰੀ ਭੈੜੀ ਹੋ ਗਈ। ਸਮਾਂ ਬੀਤਦਾ ਗਿਆ, ਕਹਿੰਦੇ ਹੁਣ ਸੰਗਤ ਨਾ ਭਾਵ ਗੋਬਿੰਦਵਾਲ ਸਾਹਿਬ ਨੂੰ ਜਾ ਰਹੀ ਹੈ, ਉਹ ਜਗ੍ਹਾ ਤੇ ਆ ਕੇ ਕੀਰਤਨ ਕਰਦੇ ਜਾ ਰਹੇ ਨੇ, ਬਾਣੀ ਪੜ੍ਹਦੇ ਜਾ ਰਹੇ ਨੇ। ਜਿਹੜੇ ਖੂਹ ਤੇ ਭਾਈ ਪ੍ਰੇਮਾ ਬੈਠਾ ਸੀ ਨਾ, ਉਹ ਖੂਹ ਤੇ ਆ ਕੇ ਰਾਤ ਪੈ ਗਈ, ਸ਼ਾਮਾ ਪੈ ਗਏ ਵੀ ਆਪਾਂ ਇੱਥੇ ਅੱਗੇ ਨਹੀਂ ਜਾਣਾ, ਇੱਥੇ ਆਪਾਂ ਵਿਸ਼ਰਾਮ ਕਰ ਲਓ, ਫਿਰ ਅੱਗੇ ਜਾਵਾਂਗੇ। ਥੋੜਾ ਜਿਹਾ ਫਰਕ ਦੇ ਨਾਲ ਖੂਹ ਸੀ, ਉਹ ਜਿਹੜੀ ਕੋਠੇ ਵਿੱਚ ਬਿਠਾ ਰੱਖਿਆ ਸੀ ਪ੍ਰੇਮਾ, ਤੇ ਥੋੜੇ ਜਿਹੇ ਫਰਕ ਨਾਲ ਉਹ ਸੰਗਤ ਬਹਿ ਗਈ। ਉਹ ਬਾਣੀ ਪੜ੍ਹਦੀ, ਸ਼ਾਮ ਦਾ ਨਿਤਨੇਮ ਹੋਇਆ, ਕੀਰਤਨ ਦਾ ਪਾਠ ਹੋਇਆ, ਉੱਚੀ ਉੱਚੀ ਆਵਾਜ਼ ਨਾਲ ਜਦੋਂ ਬਾਣੀ ਪੜ੍ਹਦੇ ਨਾ, ਪ੍ਰੇਮੇ ਦਾ ਜਿਹੜਾ ਕੋੜ ਦਾ ਦਰਦ ਹੁੰਦਾ ਸੀ ਉਹ ਘਟਦਾ ਜਾ ਰਿਹਾ। ਜਿਹੜੇ ਉਹ ਬਾਣੀ ਪੜ੍ਹਦੇ ਨੇ, ਕਿਉਂਕਿ ਬਾਣੀ ਐਸੀ ਹੈ ਭਾਈ, ਤੁਰਕੀ ਬਾਣੀ ਆਈ ਤਾਂ ਸਗਲੀ ਚਿੰਤ ਮਿਟਾਈ, ਇਹ ਚਿੰਤਾ ਦਾ ਵੀ ਨਾਸ ਕਰਦੇ ਤੇ ਸੁੱਖ ਵੀ ਬਖਸ਼ਦੀ ਹੈ। ਗੁਰਬਾਣੀ ਗਾਵੋ ਭਾਈ, ਉਹ ਸਫਲ ਸਦਾ ਸੁਖਦਾਈ, ਉਹ ਸਦਾ ਬਾਤ ਸੁਖ ਦੇਣ ਵਾਲੀ ਹੈ, ਪਰਮੇਸ਼ਰ ਦਾ ਜਿਹੜਾ ਨਾਮ ਹੈ। ਕਹਿੰਦੇ ਹੁਣ ਜਦੋਂ ਰਾਤ ਕੱਟੀ, ਬਾਣੀ ਪੜ੍ਹੀ, ਅੰਮ੍ਰਿਤ ਵੇਲਾ ਫੇਰ ਹੋਇਆ, ਅੰਮ੍ਰਿਤ ਵੇਲੇ ਗੁਰਸਿੱਖਾਂ ਨੇ ਉੱਠ ਕੇ ਨਿਤਨੇਮ ਨਿਯਮਤਾ ਨਿਤਨੇਮ ਅਨੁਸਾਰ ਫਿਰ ਪੰਗਤੀਆਂ ਆਸਾ ਦੇ ਵਾਰਦੀਆਂ ਪੜ੍ਹਦੀਆਂ ਨੇ ਮਹਾਰਾਜ। ਕਹਿੰਦੇ ਕੂੜ ਕੂੜਾ ਨੇ ਉਹ ਲੱਗਾ ਵਿਸਰਿਆ ਕਰਤਾਰ, ਇਹ ਪੰਗਤੀਆਂ ਪੜ੍ਹ ਰਹੇ ਨੇ, ਕੂੜ ਮੀਆਂ ਕੂੜ ਬੀਬੀ ਖਾਪ ਹੋਏ ਖਾਰ, ਕੂੜ ਕੂੜਾ ਨੇ ਉਹ ਲੱਗਾ ਵਿਸਰਿਆ ਕਰਤਾਰ। ਹੁਣ ਕਹਿ ਲਈਏ ਪ੍ਰੇਮੇ ਨੇ ਜਦੋਂ ਬਾਣੀ ਸੁਣ ਲਈ ਹੈ ਨਾ, ਸਖਾਲਾ ਹੋ ਰਿਹਾ। ਹੁਣ ਪ੍ਰੇਮੇ ਦੇ ਮਨ ਵਿੱਚ ਇਹ ਗੱਲ ਆ ਗਈ, ਕਿਉਂਕਿ ਜਦੋਂ ਬੰਦੇ ਲਵੇ ਪੈਸਾ ਆ ਜਾਂਦਾ ਨਾ, ਵੱਡਾ ਹੋ ਜਾਂਦਾ, ਆਪਣੇ ਆਪਣੇ ਵੱਡਾ ਅਖਵਾਉਣ ਲੱਗ ਜਾਂਦਾ, ਕਰਤਾਰ ਵਿਸ ਜਾਂਦਾ, ਭੁੱਲ ਜਾਂਦਾ, ਵਿਸ ਦਾਤ ਪਿਆਰੀ ਵਿਸਰਿਆ ਦਾ ਤਾਰਾ, ਚਰ ਜਾਣਾ ਨਾਹੀਂ ਮਰਨ ਵਿਚਾਰਾ। ਪ੍ਰੇਮੇ ਦੇ ਮਨ ਵਿੱਚ ਆ ਗਿਆ ਜਦੋਂ ਇਹ ਪੰਗਤੀ ਪੜ੍ਹੀ, ਕੂੜ ਕੂੜਾ ਨੇ ਉਹ ਲੱਗਾ ਵਿਸਰਿਆ ਕਰਤਾਰ, ਪ੍ਰੇਮਾ ਕਹਿਣ ਲੱਗਿਆ ਉਹ ਮਨਾ ਤੈਨੂੰ ਵਿਸਰਿਆ ਕਰਤਾਰਨੀ ਜਿੰਦੇ ਮੇਰੀਏ, ਤੈਨੂੰ ਵਿਸਰਿਆ ਕਰਤਾਰਨੀ ਜਿੰਦੇ ਮੇਰੀਏ। ਵਿਸਰਿਆ ਕਰਤਾਰ ਤੈਨੂੰ ਵਿਸਰਿਆ ਕਰਤਾਰ, ਵਿਸਰਿਆ ਕਰਤਾਰ ਤੈਨੂੰ ਵਿਸਰਿਆ ਕਰਤਾਰ, ਤੈਨੂੰ ਵਿਸਰਿਆ ਕਰਤਾ
ਸਿਸਰਿਆ ਕਰਤਾਰ ਨੀ ਜਿੰਦੇ ਮੇਰੀਏ ਮੈਨੂੰ ਬਿਸਰਿਆ ਕਰਤਾਰ ਜਾਤ ਪਿਆਰੀ ਵਿਸਰਿਆ ਦਾ ਤਾਰਾ ਜਾਣੈ ਨਾਹੀ ਮਰਨ ਵਿਚਾਰਾ ਪ੍ਰੇਮਾ ਕਹਿ ਲੱਗੇ ਤੈਨੂੰ ਕਰਤਾਰ ਵਿਸਰ ਗਏ ਤੈ ਕੂੜ ਦੇ ਨਾਲ ਪ੍ਰੇਮ ਪਾ ਲਿਆ ਤਾਂ ਤੈਨੂੰ ਬਿਮਾਰੀ ਲੱਗ ਗਈ ਹੈ। ਹੁਣ ਕਹਿੰਦੇ ਜਦੋਂ ਨਿਤਨੇਮ ਅਨੁਸਾਰ ਪੂਰਾ ਨਿਤਨੇਮ ਹੋਇਆ ਸੀ ਦੁਆਰ ਪੜੀ ਗਈ ਤੁਰਨ ਲੱਗੇ ਨਾ ਪ੍ਰੇਮੇ ਨੇ ਮੇਰੇ ਆਵਾਜ਼ ਮਾਰੀ ਉਹ ਕਹਿੰਦੇ ਭਾਈ ਰਾਹੀ ਜਾਂਦੇ ਵਾਲੇ ਹੋ ਕੌਣ ਹੋ ਤੁਸੀਂ ਜਦੋਂ ਆਵਾਜ਼ ਸੁਣੀ ਗੁਰਸਿੱਖਾਂ ਨੇ ਨਾ ਸੰਗਤ ਨੇ ਕਹਿੰਦੇ ਕੰਨਾਂ ਵਿੱਚ ਆਵਾਜ਼ ਪਈ ਕਹਿਣ ਲੱਗੇ ਆਵਾਜ਼ਾਂ ਮਾਰਦਾ ਕੋਈ ਤੇ ਮਾੜਾ ਜਿਹਾ ਕਹਿੰਦੇ ਕੋਠੇ ਵਿੱਚੋਂ ਆਪਣੇ ਜਿਹੜੇ ਕੋਠੇ 'ਚ ਬਿਠਾਇਆ ਸੀ ਮੂੰਹ ਕੱਢਿਆ ਕਹਿੰਦੇ ਭਾਈ ਮੈਂ ਕੋਠੇ ਵਿੱਚ ਬੈਠਾ ਕੋਈ ਮੇਰੀ ਗੱਲ ਸੁਣੋ ਆ ਕੇ ਗੁਰਸਿੱਖ ਗਏ ਸੰਗਤ ਗਈ ਲਵੇ ਉਹਦੀ ਹਾਲਤ ਦੇਖੀ ਕਹਿੰਦਾ ਅੰਦਰ ਨਹੀਂ ਆਉਣਾ ਕਹਿੰਦੇ ਮੈਨੂੰ ਕੋੜ ਦਾ ਰੋਗ ਹੋਇਆ ਸ਼ੋਚ ਦੀ ਬਿਮਾਰੀ ਹੈ ਤੁਹਾਨੂੰ ਨਾ ਕਿਤੇ ਲੱਗ ਲਾ ਸਾਰੀ ਵਾਰ ਤਾਂ ਦੱਸੀ ਆਪਣੀ ਭਾਈ ਪ੍ਰੇਮੇ ਨੇ ਮੇਰੇ ਨਾਲ ਇੱਦਾਂ ਹੋਇਆ ਇੱਦਾਂ ਕਰਕੇ ਹੋਇਆ ਕਹਿੰਦੇ ਜਦੋਂ ਤੁਸੀਂ ਇੱਥੇ ਰਾਤ ਵੀ ਬਾਣੀ ਪੜ੍ਹੇ ਤੇ ਮੈਨੂੰ ਬੜਾ ਆਨੰਦ ਆਇਆ ਮੇਰਾ ਦਰਦ ਘੱਟ ਗਿਆ ਹੁਣ ਜਦੋਂ ਅੰਮ੍ਰਿਤ ਵੇਲੇ ਬਾਣੀ ਪੜ੍ਹੀ ਨਾ ਤੁਹਾਨੂੰ ਕਹਿੰਦੇ ਜਾ ਕੇ ਕਹਿੰਦੇ ਮੈਨੂੰ ਬੜਾ ਆਰਾਮ ਮਿਲ ਰਿਹਾ ਸੀ ਕਹਿੰਦੇ ਕਿਹਦੀ ਬਾਣੀ ਹੈ ਕਹਿੰਦੇ ਗੁਰੂ ਨਾਨਕ ਪਾਤਸ਼ਾਹ ਦੀ ਬਾਣੀ ਹੈ ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰ ਵਰੇ ਹੋ ਉਹ ਅਕਾਲ ਪੁਰਖ ਵਾਹਿਗੁਰੂ ਜੀ ਆਪ ਸੰਸਾਰ ਵਿੱਚ ਆਏ ਨੇ ਉਹਨਾਂ ਦੀ ਬਾਣੀ ਅਸੀਂ ਗਾ ਰਹੇ ਸੀ ਕਹਿੰਦੇ ਮੈਨੂੰ ਦਰਸ਼ਨ ਹੋ ਸਕਦੇ ਨੇ ਕਹਿੰਦੇ ਹਾਂ ਉਹਨਾਂ ਦੀ ਤੀਜੀ ਜੋਤ ਹੈ ਗੁਰੂ ਅਮਰਦਾਸ ਮਹਾਰਾਜ ਜੀ ਗੋਇੰਦਵਾਲ ਸਾਹਿਬ ਰਾਜਮਾਨ ਨੇ ਸੰਗਤਾਂ ਨੂੰ ਉਤਾਰਦੇ ਨੇ ਕਹਿੰਦੇ ਜੇ ਕਿਰਪਾ ਕਰਦੇ ਹੋ ਮੈਨੂੰ ਦਰਸ਼ਨ ਕਰਵਾ ਦੇ ਹੋ ਕਹਿੰਦੇ ਤੁਸੀਂ ਅੱਗੇ ਅੱਗੇ ਚਲੋ ਮੈਂ ਤੁਹਾਡੇ ਪਿੱਛੇ ਰਿੜਦਾ ਰਿੜਦਾ ਆਵਾਂਗਾ ਕਿਉਂਕਿ ਤੁਰਿਆ ਤਾਂ ਜਾਂਦਾ ਨਹੀਂ ਸੀ ਕਹਿਣ ਲੱਗੇ ਭਾਈ ਗੁਰਸਿੱਖ ਕਹਿਣ ਲੱਗੇ ਨਾ ਕਿਉਂਕਿ ਭਾਈ ਜਾਂ ਖਿਮਾ ਤਾਂ ਆਪ ਜਿੱਥੇ ਦਇਆ ਖਿਮਾ ਹੈ ਉੱਥੇ ਪਰਮੇਸ਼ਵਰ ਦਾ ਵਾਸਾ ਹੈ ਕਹਿੰਦੇ ਤੂੰ ਰੁੜ ਕੇ ਕਿਉਂ ਜਾਵੇਂਗਾ ਤੈਨੂੰ ਅਸੀਂ ਚੱਕ ਕੇ ਲੈ ਕੇ ਜਾਵਾਂਗੇ ਕਹਿੰਦੇ ਨਾ ਨਾ ਜੇ ਤੁਸੀਂ ਮੈਨੂੰ ਚੱਕ ਕੇ ਲੈ ਕੇ ਜਾਵੋਗੇ ਨਾ ਫਿਰ ਕਹਿੰਦੇ ਤੁਹਾਨੂੰ ਬਿਮਾਰੀ ਉਹ ਲੱਗ ਜਾਵੇਗੀ ਮੇਰੇ ਆਈ ਤੇ ਗੁਰਸਿੱਖ ਪਤਾ ਕਹਿਣ ਲੱਗੇ ਭਾਈ ਕਹਿਣ ਲੱਗੇ ਭਾਈ ਪ੍ਰੇਮਿਆ ਜੇ ਸਾਨੂੰ ਬਿਮਾਰੀ ਲੱਗਣੀ ਹੋਈ ਨਾ ਕਹਿੰਦੇ ਫਿਰ ਤੁਸੀਂ ਤੇਰੇ ਲਵੇ ਵੀ ਨਾ ਲੱਗੀਏ ਫਿਰ ਵੀ ਸਾਨੂੰ ਬਿਮਾਰੀ ਲੱਗ ਸਕਦੀ ਹੈ ਕਿਉਂਕਿ ਜੇ ਸਾਡੇ ਕਰਮ ਮਾੜੇ ਹੋਣਗੇ ਫਿਰ ਸਾਨੂੰ ਵੀ ਭਾਈ ਬਿਮਾਰੀ ਲੱਗੇ ਜੇ ਕਹਿੰਦੇ ਸਾਡੇ ਕਰਮ ਚੰਗੇ ਨੇ ਕਿਉਂਕਿ ਆਪਣੇ ਸੇਵਕੀ ਆਪੇ ਰੱਖੇ ਆਪੇ ਨਾਮ ਜਪਾਵੇ ਜਹ ਜਹ ਕਾਜ ਕਰਦੇ ਸੇਵਕੀ ਤਾਂ ਤਾਂ ਬਤਾਵੇ ਸੇਵਕ ਨਿਕਟੇ ਹੋਏ ਦਿਖਾਵੇ ਕਹਿੰਦੇ ਫਿਰ ਅਸੀਂ ਚਾਹੇ ਬਿਮਾਰੀ ਦੇ ਵਿੱਚ ਫਿਰ ਜਾਈਏ ਫਿਰ ਵੀ ਸਾਨੂੰ ਬਿਮਾਰੀ ਨਹੀਂ ਲੱਗ ਸਕਦੀ ਕਹਿੰਦੇ ਹੁਣ ਜਦੋਂ ਇਹ ਗੱਲ ਕਹੀ ਦੇਖਦੇ ਹਾਂ ਨਾ ਭਾਈ ਆਪਾਂ ਸੰਸਾਰ ਵਿੱਚ ਸੋਸ਼ਲ ਮੀਡੀਆ ਤੇ ਆ ਗੁਰਸਿੱਖਾਂ ਦੇ ਮਨੁੱਖਤਾ ਦੀ ਸੇਵਾ ਵਿੱਚ ਜਿਵੇਂ ਗੁਰਸਿੱਖ ਜੁੜੇ ਹੋਏ ਨੇ ਕਿੰਨੇ ਉਹ ਉਤਪਾਤਾਂ ਤੋਂ ਜਾਂ ਭਾਈ ਕੰਬਲਿਆਂ ਨੂੰ ਜਿਹਨਾਂ ਨੂੰ ਕੋੜ ਹੋਇਆ ਹੋਇਆ ਉਹਨਾਂ ਨੂੰ ਵੀ ਲੈ ਕੇ ਜਾਂਦੇ ਨੇ ਆਪਦੇ ਸੰਸਥਾਵਾਂ ਵਿੱਚ ਕਿੰਨੀ ਸੇਵਾ ਕਰਦੇ ਨੇ ਕਰੋਨਾ ਦਾ ਸਮਾਂ ਸੀ ਜਦੋਂ ਜਿੰਨਾ ਜਿੰਨੇ ਆਪਣੇ ਗੁਰਸਿੱਖ ਜ਼ਿਆਦਾ ਅੱਗੇ ਆਏ ਜਿੰਨੇ ਇਹਨਾਂ ਨੇ ਮਰੀਜ਼ਾਂ ਨੂੰ ਸਾਹਮਣੇ ਕਿਸੇ ਨੇ ਨਹੀਂ ਸਾਹਮਣੇ ਤੋ ਕਹਿਣ ਤੋਂ ਭਾਵ ਜਦੋਂ ਗੁਰੂ ਵੱਲ ਹੋਵੇ ਨਾ ਜਾਮ ਗੁਰੂ ਵੱਲ ਲੱਖ ਵਾਹੀ ਕਿਆ ਕੀ ਜਾ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਹ ਚੰਦਾ
ਤੂੰ ਸਭ ਕੁਛ ਮੈਨੂੰ ਸੌਂਪਿਆ ਜਾਂ ਤੇਰਾ ਬੰਦਾ ਲਖਮੀ ਤੋਟਣਾ ਵਈ ਖਾਏ ਖਰਚਰ ਹੁੰਦਾ ਏ ਵੈਰੀ ਪਿੱਤਰ ਸਭ ਕੀਤਿਆ ਨਹਿ ਮੰਗੇ ਬੰਦਾ ਲੇਖਾ ਕੋਈ ਨਾ ਪੁੱਛੀ ਜਾ ਰੋਗ ਸੁਣਦਾ ਆਨੰਦ ਪਿਆ ਸੁਖ ਪਾਇਆ ਮਿਲ ਗੁਲ ਗੋਬਿੰਦਾ ਜਦੋਂ ਉਹਦੇ ਨੂੰ ਮਿਲ ਜਾਵਾਂਗੇ ਜਿਹੜੇ ਸਾਡੇ ਮਾੜੇ ਕਰਮ ਕੀਤੇ ਹੋਏ ਨਾ ਜਿੱਥੇ ਅਸੀਂ ਅਸੀਂ ਮੱਥਾ ਟੇਕਦੇ ਹਾਂ ਚਰਨਾਂ ਵਿੱਚ ਪਾਤਸ਼ਾਹ ਦੇ ਪਤਾ ਨੀ ਕਿੰਨੇ ਕੁ ਰੱਬ ਰੰਗੀਆਂ ਰੂਹਾਂ ਦੇ ਭਾਈ ਚਰਨ ਲੱਗੇ ਹੋਏ ਨੇ ਇੱਥੇ ਪਹਿਲਾਂ ਗੁਰੂ ਚਰਨ ਦੇ ਚਰਨ ਹਨ ਗੁਰੂ ਸਾਹਿਬ ਦੇ ਫਿਰ ਨਾਮ ਜਪਣ ਵਾਲੀਆਂ ਰੂਹਾਂ ਨੇ ਇੱਥੇ ਚਰਨ ਲੱਗੇ ਹੁੰਦੇ ਨੇ ਸਾਡਾ ਮੱਥਾ ਟਿਕਦਾ ਨਾ ਇੱਥੇ ਸਾਡੀਆਂ ਤਕਦੀਰਾਂ ਬਦਲ ਜਾਂਦੀਆਂ ਨੇ ਕਹਿੰਦੇ ਗੁਰਸਿੱਖਾਂ ਨੇ ਤੇ ਉਹਨਾਂ ਨੂੰ ਨਾ ਆਪਣੇ ਕੱਪੜੇ ਦੇ ਵਿੱਚ ਜਿਵੇਂ ਆਪਾਂ ਪੰਡ ਬੰਨਦੇ ਹੁੰਦੇ ਏਦਾਂ ਪੰਡ ਬੰਨ ਕੇ ਆਪਣੇ ਸਿਰ ਤੇ ਚੁੱਕ ਕੇ ਲੈ ਕੇ ਇੱਥੋਂ ਆਪਾਂ ਚਾਰ ਕੱਲ ਆਰੰਭ ਕਰਾਂਗੇ ਹੋਈ ਆਪਾਂ ਲਾਂਗੇ ਖੇਮਾ ਪਾਏ ਰਾਮ ਕਲੀ ਮਹੱਲਾ ਤੀਜਾ ਆਨੰਦ ਕੋ ਅੰਕਾਰ ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾ ਪਾਇਆ ਸਹਿਜ ਸੁਖੀ ਮਨ ਵਜੀਆਂ ਗਾਦਾ ਜਾਂ ਗਰਦਨ ਪਰਵਾ ਕੁਰੀਆਂ ਸ਼ਬਦ ਗਾ ਮਨ ਆਇਆ ਸਭ ਤਾ ਤਾ ਤੂ ਹਰੀ ਕੇ ਰਾਮ ਨਾਲ ਰੋ ਤੂੰ ਮਨ ਮੇਰੇ ਦੁੱਖ ਸਭ ਵਿਦਾਰਨਾ ਅੰਗੀਕਾਰ ਦੁੱਖ ਦੇ ਤੇਰਾ ਬਾਰਗ ਸਭ ਸੁਧਾਰਨਾ ਕਰਨਾ ਅੰਗਲਾ ਸਮਰਤ ਸੁਆਮੀ ਤੂੰ ਕਿਉਂ ਮਨੋ ਵਿਦਾਰ ਹੈ ਹੈ ਨਾਨਕ ਮਨ ਮੇਰੇ ਸਦਾ ਰੋ ਵਰਨਾ ਦੇ ਸੱਚੇ ਸਾਹਿਬ ਕਿਆ ਨਹੀਂ ਕਰਦੇ ਰਹਿ ਸਦਾ ਸੁਤ ਸਲਾਵਾ ਤੇਰੇ ਨਾਮ ਮਨ ਵਸਾਵੇ ਮਨ ਵਸਿਆ ਕਹਿ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰਦੇ ਰਹਿ ਸੱਚ ਕਰ ਸਾਤ ਸੁਖ ਮਨ ਆਏ ਵਸਿਆ ਜਾਏ ਇੱਛਾ ਸਭ ਬੁਝਾਈਆ ਕਹਿ ਨਾਨਕ ਸੋ ਸੰਤੋ ਜਬ ਤਰੋ ਪਿਆਰੋ ਸਾਚਾ ਕਰਮ ਪਾਇਆ ਦੁਰਜਨ ਤੁਸੇ ਨਾ ਮਾਰ ਕੇ ਲਾਗੇ ਆਨੰਦ ਸੁਣੋ ਵੰਡ ਭਾਗੀ ਹੋ ਦੁਖ ਰੋਗ ਸੰਤਾ ਪਿਤਰੇ ਸੁਣੀ ਸੱਚੀ ਬਾਣੀ ਸੰਤ ਸਾਧਨ ਹੋਏ ਸਰਬੇ ਗੁਰ ਤੇ ਜਾਣੀ ਹੁਣ ਤੇ ਪੁਨੀਤ ਕਹਿ ਦੇ ਸਤ ਗੁਰ ਰਹਿਆ ਪਰ ਪੂਰੇ ਨਾਨਕ ਗੁਰ ਚਰਨ ਲਾਗੇ ਵਾਜੇ ਅਨਾਦ ਸੂਰ ਸਲੋਕ ਪਵਨ ਗੁਰੂ ਬਾਣੀ ਪਿਤਾ ਮਾਤਾ ਦਸਮਤ ਰਾਤ ਕੋਈ ਬਾਣੀ ਬਾ
ਚੰਗਿਆਈਆਂ ਬੁਰਿਆਈਆਂ ਵਾਚਾ ਧਰਮ ਦੂਰ ਕਰਮੀਆਂ ਪੂਆ ਬਾਣੀ ਕੇ ਨੇੜੇ ਕੇ ਦੂਰ ਜਿਨੇ ਨਾਮ ਪਿਆਇਆ ਗਏ ਮੁਸਾਕਤ ਕਾਲ ਨਾਨਕ ਪ੍ਰੇਮ ਪੂਜਾ ਦੇ ਕੀਤੀ ਸੁਖੀ ਨਾ